ਗੁੱਡ ਮਾਰਨਿੰਗ ਮੰਮੀ ਜੀ। ਮੰਮੀ ਤੂੰ ਕਿੰਨੀ ਸੌਂ ਆ? ਮੈਂ ਜਿੰਨੇ ਮਰਜ਼ੀ ਪੈਸੇ ਮੰਗਲਾ ਤਾਂ ਕਦੇ ਜਵਾਬ ਹੀ ਨਹੀਂ ਦਿੱਤਾ ਹਨਾ। ਪਰ ਅੱਜ ਜਵਾਬ ਦੇਊਂਗੀ, ਅੱਜ ਨਹੀਂ ਹੈਗੇ। ਲੈ ਇਹ ਤਾਂ ਹੋ ਹੀ ਨਹੀਂ ਸਕਦਾ, ਮੇਰੀ ਮਾਂ ਮੈਨੂੰ ਕਦੇ ਨਾ ਕਰਦੇ ਨਾ। 2 ਦਿਨ ਤਾਂ ਹੋਇਆ ਤੈਨੂੰ ਪੈਸੇ ਲੈ ਕੇ ਗਏ ਨੂੰ, ਉਹ ਚਲਾ ਵੀ ਦਿੱਤੇ। ਕਿਤੇ ਮੁੰਡਾ ਨਸ਼ੇ 'ਚ ਤਾਂ ਨਹੀਂ ਪੈ ਗਿਆ? ਮੈਨੂੰ ਤਾਂ ਇੱਕੇ ਨਸ਼ਾ ਨਹੀਂ ਉਤਰਦਾ, ਮੈਂ ਹੋਰ ਨਸ਼ਾ ਕੀ ਕਰਨਾ। ਕਿਹੜਾ ਨਸ਼ਾ? ਓਹੋ, ਮੇਰਾ ਮਤਲਬ ਮੈਨੂੰ ਤਾਂ ਮੇਰੀ ਮਾਂ ਦੇ ਪਿਆਰ ਦਾ ਨਸ਼ਾ ਹੀ ਬਥੇਰਾ, ਹੋਰ ਕਿਹੜਾ ਨਸ਼ਾ ਕਰਨਾ ਮੈਂ? ਦੇਖ ਪੁੱਤ, ਪੈਸੇ ਤੈਨੂੰ ਮੈਂ ਤਾਂ ਦਿੰਦੀ ਹਾਂ ਵੀ ਪੜ੍ਹ ਲਿਖ ਕੇ ਤੇਰੀ ਜ਼ਿੰਦਗੀ ਬਣ ਜੇ। ਦੇਖੀ ਪੁੱਤ, ਕਿਤੇ ਗਲਤ ਕੰਮਾਂ 'ਚ ਪੈ ਕੇ ਨਾ ਮੇਰੀ ਇੱਜ਼ਤ ਮਿੱਟੀ 'ਚ ਨਾ ਰੋਲਦੀ, ਦੇਖੀ ਮੇਰਾ ਪੁੱਤ ਬਣ ਕੇ। ਮਾਤਾ ਤੂੰ ਫਿਕਰ ਨਾ ਕਰ, ਦੁਨੀਆ 'ਚ ਇਹ ਇੱਧਰ ਦੀ ਉੱਧਰ ਹੋ ਜਾਏ ਪਰ ਤੇਰਾ ਪੁੱਤ ਕਦੇ ਨਸ਼ਾ ਨਹੀਂ ਕਰਦਾ। ਪੁੱਤ, ਬਹੁਤ ਭਰੋਸਾ ਹੈ ਤੇਰੇ 'ਤੇ, ਦੇਖੀ ਕਿਤੇ ਤੋੜ ਦੇ। ਉਹ ਮਾਂ ਮੇਰੀ, ਇਹ ਮੈਂ ਤਾਂ ਛੋਟੇ ਹੁੰਦੇ ਨੇ ਕਦੇ ਕੋਈ ਖਿਡੌਣਾ ਨਹੀਂ ਤੋੜਿਆ, ਤੇਰਾ ਵਿਸ਼ਵਾਸ ਕਿੱਥੇ ਤੋੜ ਦੂੰ ਯਾਰ। ਨਾਲੇ ਹੁਣ ਮੈਂ ਲੇਟ ਹੋ ਰਿਹਾ, ਪੈਸੇ ਤਾਂ ਦੇ ਦੇ। ਲੈ ਫੜ ਬਸ 500 ਨਾਲ ਕੀ ਬਣੂ, ਮੈਂ ਤਾਂ ਮੈਂ ਗੱਡੀ 'ਚ ਤੇਲ ਵੀ ਪਾਉਣਾ। ਗੱਡੀ ਲਿਜਾਣੀ ਜ਼ਰੂਰੀ ਆ, ਬੱਸ 'ਤੇ ਚੜ੍ਹ ਕੇ ਲੱਗ ਜਾ। ਉਹ ਮੈਂ ਕਿਹੜਾ ਰੋਜ਼ ਗੱਡੀ ਲੈ ਕੇ ਆਉਣਾ, ਕਦੇ ਕਦੇ ਬੰਦੇ ਦਾ ਦਿਲ ਘਰੇ ਆਉਂਦਾ ਫੁਕਰੀਆਂ ਜਿਹੀਆਂ ਮਾਰਨ ਨੂੰ। ਫੁਕਰੀਆਂ ਹੀ ਪੱਲੇ ਰਹਿ ਜਾਣਗੀਆਂ, ਪੜ੍ਹ ਲੈ ਕੁਛ ਬਣ ਜਾ। ਉਹ ਮਾਤਾ ਦੇਖਦੀ ਜਾ, ਤੂੰ ਸੰਗਰੂਰ ਲਾਗ ਲਾੜੀ ਸੀ, ਮੈਂ ਹੀ ਆਊਂਗਾ। ਚੰਗਾ ਚੰਗਾ, ਉਹ ਦੇਖ ਲਓ, ਮਾਰ ਕੇ ਮਿੱਠੀਆਂ ਮਿੱਠੀਆਂ ਗੱਲਾਂ ਪੈਸੇ ਲਈ ਆਇਆ ਫਿਰ ਬੇਬੇ ਤੋਂ। ਲੈ ਭਾਬੀ, ਮਿੱਠੀਆਂ ਮਿੱਠੀਆਂ ਗੱਲਾਂ ਮਾਰਨ ਦੀ ਕੀ ਲੋੜ ਹੈ, ਮੇਰੀ ਮਾਂ ਨੇ ਮੈਨੂੰ ਕਿਤੇ ਜਵਾਬ ਹੀ ਨਹੀਂ ਦਿੱਤਾ। ਉਹ ਪੜ੍ਹਦਾ ਵੀ ਆ, ਕਿਤੇ ਬਾਰੇ ਤਾਂ ਨਹੀਂ ਫਿਰੀ ਜਾਂਦਾ ਗੇੜੇ ਮਾਰਦਾ? ਉਹ ਪੜ੍ਹਾਈ ਵਾਲੇ ਦਾ ਵੱਟ ਕੱਢੇ ਪਏ ਨੇ, ਪੜ੍ਹਾਈ ਤਾਂ ਆਪਾਂ ਪੂਰੀ ਰੀਝ ਲਾ ਕੇ ਕਰੀ ਦੇ ਵੀਰੇ। ਚਲੋ ਕੋਈ ਗੱਲ ਨਹੀਂ ਪੜ੍ਹਦਾ ਤੇ ਨਾ ਪੜ੍ਹੇ, ਕੁੜੀ ਤਾਂ ਮੈਂ ਦੇਖ ਹੀ ਰੱਖੀ ਹੈ ਇਹਦੇ ਵਿਆਹ ਲਈ, ਆਪਾਂ ਇਹਦਾ ਵਿਆਹ ਹੀ ਕਰ ਦੇਣਾ। ਉਹ ਭਾਬੀ ਹਲੇ ਕਿੱਥੇ ਵਿਆਹ, ਹਲੇ ਤਾਂ ਮੈਂ ਐਸ਼ ਕਰਨੀ ਹੈ। ਉਹ ਅੱਜ ਗੱਡੀ ਲੈ ਕੇ ਜਾਏਗਾ? ਹਾਂ ਵੀਰੇ, ਗੱਡੀ ਲੈ ਕੇ ਜਾਊਂਗਾ। ਉਹ ਯਾਰ ਅੱਜ ਇੱਕ ਕੰਮ ਜਾ, ਫਿਰ ਇੰਨੀ ਦੂਰ ਤੁਰ ਕੇ ਜਾਇਆ ਨਹੀਂ ਜਾਣਾ, ਬੱਸ ਸਟੈਂਡ ਤਾਂ ਬਹੁਤ ਦੂਰ ਆ ਉੱਥੋਂ। ਤੂੰ ਮੋਟਰਸਾਈਕਲ ਲੈ ਜਾ, ਗੱਡੀ ਨਾਲ ਕਿਹੜਾ ਕੰਮ ਜ਼ਿਆਦੇ ਹੋ, ਸਾਡੇ 50-60 ਦਾ ਤੇਲ ਖਾਣਾ ਮੋਟਰਸਾਈਕਲ ਨੇ, ਗੱਡੀ 200-300 ਤੋਂ ਘੱਟ ਨਹੀਂ ਮੁੜਦੀ। ਉਹ ਵੀਰੇ ਮੈਂ ਕਿਹੜਾ ਗੱਡੀ ਰੋਜ਼ ਹੀ ਲੈ ਕੇ ਜਾਣਾ, ਤੂੰ ਤਾਂ ਦਿਨੋਂ ਦਿਨ ਸੂਮ ਜਿਹਾ ਬਣਦਾ ਆਈ ਜਾਂਦਾ ਯਾਰ। ਅਜੇ ਕਬੀਲਦਾਰੀ ਨਹੀਂ ਪੀ ਤੇਰੇ ਗੱਲ, ਵਿਆਹ ਤੋਂ ਬਾਅਦ ਦੇਖੋ ਤੈਨੂੰ ਐਸ ਕਰਦੇ ਨੂੰ, ਫਿਰ ਤਾਂ ਜਵਾਕਾਂ ਦੇ ਨਿੱਕਰਾਂ ਵੀ ਲਿਆਂਦੇ ਜਾਣੀਆਂ। ਉਹ ਵੀਰੇ ਤੇਰੇ ਸਿਰ 'ਤੇ ਕਾਹਦਾ ਫਿਕਰ ਹੈ, ਤੂੰ ਕਮਾਉਣ ਵਾਲਾ ਹੈਗਾ, ਨਾਲੇ ਘਰੇ ਕੋਈ ਤਾਂ ਚਾਹੀਦਾ ਹੀ ਆ ਖਰਚਣ ਵਾਲਾ। ਪੈਸੇ ਖਰਚਣ ਨੂੰ ਤਾਂ ਅਸੀਂ 2 ਜਣੀਆਂ ਹੋ ਜਾਂਦੀਆਂ ਹੁਣ, ਅਤੇ ਤੁਸੀਂ ਦੋਨੇ ਭਾਈ ਪੈਸੇ ਕਮਾਉਣ ਦਾ ਫਿਕਰ ਕਰੋ, ਠੀਕ ਆ ਨਾ? ਹੁਣ ਤਾਂ ਮੈਂ ਇਹ ਕਹਿੰਦੀ ਹਾਂ, ਛੇਤੀ ਤੋਂ ਛੇਤੀ ਮੇਰੀ ਦਰਾਣੀ ਆ ਜੇ। ਉਹ ਕੋਈ ਨਹੀਂ ਭਾਬੀ, ਤੇਰਾ ਇਹ 24 ਛੇਤੀ ਉਹ ਲਾ ਦਾਂਗੇ। ਚੱਲ ਚੰਗਾ, ਹੁਣ ਮੈਂ ਲੇਟ ਹੋ ਰਿਹਾ। ਅੱਜ ਕੱਲ ਵੇ ਪਲ ਪਲ ਵੇ ਤੈਨੂੰ ਦੇਖਦੀਆਂ ਅੱਖੀਆਂ ਨਚਾਉਂਦੀਆਂ ਨੇ ਨਸਾਉਂਦੀਆਂ ਨੇ ਹੋਈ ਆਇਆ ਤੇ ਪੱਕੀਆਂ ਅੱਜ ਕੱਲ ਵੇ ਪਲ ਪਲ ਵੇ ਦੇਖ ਲਾ, ਤੇਰੇ ਵਾਸਤੇ ਸਪੈਸ਼ਲ ਗੱਡੀ ਲੈ ਕੇ ਆਇਆ, ਘਰ ਦੇ ਲਿਆਉਣ ਨਹੀਂ ਦਿੰਦੇ ਸੀ, ਫਿਰ ਵੀ ਧੱਕੇ ਨਾਲ ਲੈ ਕੇ ਆਇਆ। ਯਾਰ ਮੈਂ ਤੈਨੂੰ ਕਦੋਂ ਕਿਹਾ ਵੀ ਤੂੰ ਗੱਡੀ ਲੈ ਕੇ ਆਇਆ ਕਰ, ਮੈਂ ਗੱਡੀਆਂ ਨੂੰ ਨਹੀਂ, ਮੈਂ ਤਾਂ ਤੈਨੂੰ ਪਿਆਰ ਕਰਦੀ ਹਾਂ। ਯਾਰ ਮੈਨੂੰ ਬਹੁਤ ਸ਼ੌਂਕ ਆ ਗੱਡੀ ਦਾ, ਮੇਰਾ ਦਿਲ ਕਰਦਾ ਮੈਂ ਤੈਨੂੰ ਗੱਡੀ 'ਚ ਹੀ ਲੈ ਕੇ ਜਾਇਆ ਕਰਾਂ, ਪਰ ਇਹ ਵੀਰੇ ਦੇ ਸਹੁਰਿਆਂ ਦੀ ਦਿੱਤੀ ਹੋਈ ਆ, ਰੋਜ਼ ਰੋਜ਼ ਮੰਗਣੀ ਜੀ ਔਖੀ ਲੱਗਦੀ ਆ। ਯਾਰ ਆਪਾਂ ਕੀ ਕਰਾਉਣਾ ਗੱਡੀਆਂ ਤੋਂ, ਮੈਂ ਤੇਰੇ ਨਾਲ ਐਵੇਂ ਖੁਸ਼ ਹਾਂ। ਵੈਸੇ ਜੇ ਆਪਣਾ ਵਿਆਹ ਹੋ ਗਿਆ ਫਿਰ ਮੈਂ ਤਾਂ ਗੱਡੀ ਗੁੱਡੀ ਲਿਆ ਨਹੀਂ ਸਕਦੀ ਦਾਜ 'ਚ, ਪਰ ਫਿਰ ਤੇਰੇ ਘਰ ਦੇ ਕਹਿਣਗੇ ਵੀ ਦੂਜੇ ਨੂੰ ਤਾਂ ਗੱਡੀ ਦਿੱਤੀ ਹੈ ਦਾਜ 'ਚ, ਤੂੰ ਵੀ ਲੈ ਕੇ ਆ। ਮੈਨੂੰ ਦਾਜ 'ਚ ਗੱਡੀ ਨਹੀਂ ਚਾਹੀਦੀ, ਮੈਨੂੰ ਸਿਰਫ ਔਰ ਸਿਰਫ ਤੂੰ ਚਾਹੀਦੀ ਹੈ। ਗੱਡੀ ਤਾਂ ਮੈਂ ਯਾਰ ਕਮਾਈ ਕਰਕੇ ਵੀ ਲੈ ਲੂੰਗਾ, ਨਾਲੇ ਦਾਜ ਪਿੱਛੇ ਮੈਂ ਆਪਦਾ ਪਿਆਰ ਥੋੜ੍ਹਾ ਚੜ੍ਹ ਸਕਦਾ। ਯਾਰ ਸੱਚੀ ਮੈਂ ਕੁਝ ਨਹੀਂ ਲਿਆ ਸਕਦੀ ਦਾਜ 'ਚ, ਮੇਰੇ ਘਰ ਦੇ ਬਹੁਤਾ ਕੁਛ ਨਹੀਂ ਦੇ ਸਕਦੇ, ਬਸ ਠੀਕ ਠੀਕ ਜਿਹਾ ਵਿਆਹ ਕਰ ਸਕਦੇ ਆ। ਯਾਰ ਮੈਂ ਕਦੋਂ ਕੁਛ ਮੰਗ ਰਿਹਾ, ਜੇ ਤੂੰ ਮਿਲ ਗਈ ਤਾਂ ਸਭ ਕੁਛ ਹੀ ਮਿਲ ਗਿਆ ਮੈਨੂੰ। ਫਿਰ ਵੀ ਯਾਰ ਮੇਰਾ ਤੈਨੂੰ ਦੱਸਣਾ ਫਰਜ਼ ਸੀ, ਜੇ ਆਪਾਂ ਲਾਈਫ ਪਾਰਟਨਰ ਬਣਨਾ ਤਾਂ ਲਾਈਫ 'ਚ ਪਹਿਲਾਂ ਹੀ ਸਭ ਕੁਛ ਕਲੀਅਰ ਹੋਣਾ ਬਹੁਤ ਜ਼ਰੂਰੀ ਆ, ਨਹੀਂ ਤਾਂ ਬਾਅਦ 'ਚ ਬਹੁਤ ਔਖਾ ਹੋ ਜਾਂਦਾ। ਉਹ ਚੱਲ ਚੰਗਾ ਚੰਗਾ, ਹੁਣ ਇਹੀ ਗੱਲਾਂ ਕਰੀਏਗੀ ਕਿ ਕੋਈ ਹੋਰ ਗੱਲ ਵੀ ਕਰੇਗੀ? ਯਾਰ ਤੇਰੇ ਘਰ ਦੇ ਮੰਨ ਜਾਣਗੇ ਆਪਣੇ ਵਿਆਹ ਨੂੰ, ਜੇ ਉਹਨਾਂ ਨੇ ਕਿਹਾ ਅਸੀਂ ਤਾਂ ਦਾਜ ਵਾਲੀ ਕੁੜੀ ਲੈਣੀ ਹੈ, ਫਿਰ ਕੀ ਕਰਾਂਗੇ? ਫਿਰ ਧੱਕੇ ਨਾਲ ਲੈ ਜਾਊਂਗਾ ਘਰੇ, ਫਿਰ ਕਿਹੜਾ ਘਰੋਂ ਕੱਢ ਦਾਂਗੇ ਆਪਾਂ ਨੂੰ? ਨਹੀਂ ਨਹੀਂ, ਵਿਆਹ ਤਾਂ ਘਰਦਿਆਂ ਦੀ ਮਰਜ਼ੀ ਨਾਲ ਹੀ ਵਧੀਆ ਲੱਗਦਾ। ਚੱਲ ਠੀਕ ਹੈ, ਫਿਰ ਮੈਂ ਉਹਦੇ ਘਰਦਿਆਂ ਦੀ ਮਰਜ਼ੀ ਨਾਲ ਕਰਾ ਲੂੰਗਾ, ਵੈਸੇ ਹੀ ਭਾਬੀ ਕਹਿੰਦੀ ਸੀ ਉਹ ਮੇਰੇ ਵਾਸਤੇ ਕੁੜੀ ਦੇਖੀ ਫਿਰਦੀ ਆ। ਓਹੋ, ਮੇਰੇ ਕਹਿਣ ਦਾ ਮਤਲਬ ਉਹ ਨਹੀਂ ਸੀ ਵੀ ਆਪਾਂ ਘਰਦਿਆਂ ਦੀ ਮਰਜ਼ੀ ਨਾਲ ਕਿਤੇ ਹੋਰ ਵਿਆਹ ਕਰਾ ਲਈਏ, ਮੇਰੇ ਕਹਿਣ ਦਾ ਭਾਵ ਸੀ ਵੀ ਆਪਾਂ ਘਰਦਿਆਂ ਦੀ ਮਰਜ਼ੀ ਨਾਲ ਹੀ ਵਿਆਹ ਕਰਾਵਾਂਗੇ ਪਰ ਘਰਦਿਆਂ ਨੂੰ ਮਨਾ ਕੇ। ਅੱਛਾ,
फिर जे घर दे ना मन्ने फिर तू अपने घरे राजी मैं अपने घरे राजी इन्ना सौखा नहीं ब्याह एक दूजे दे बिना रहना ब्याह तो आपां करावांगी चाहे कुछ भी करना पै जे ओ अच्छा जी ठीक है करा लांगे ब्याह हुण आपां कॉलेज चलीए लेट हो रहे हां हां जी जरूर तू किहड़े रिश्ते की गल करदी सी तू हुणे नहीं कही सी तेरे वास्ते कुड़ी देखी फिरदी आ लै मेरी मासी की कुड़ी अमन वो तेरे दिमाग च फर्क तो नहीं तेनू साफ साफ तो पता भी तलाक होया वे हुणे उहदा रिश्ता लैण नूं किथे मन जू नाले उहदे किहड़ा बच्चा हुंदा ना इहदे विच उहदा की कसूर आ जे उहदे बच्चा नहीं हुंदा कसूर तो हुणे दा भी नहीं कोई तू सब कुछ जाणदे होए फिर भी उहदा रिश्ता कराउण नूं कहणी आ दाज बथेरा देणगे घर भर देणगे तुहाडा दाज नाल ठीक आ ना नाले कुड़ी भी साऊ आ ਮੈਨੂੰ ਲੱਗਦਾ ਹਨੀ ਆ ਗਿਆ ਗੇਟ ਖੋਲ ਕੇ ਆ ਲੈਹਣੀ ਪਾਣੀ ਪੀ ਲਾ ਨਾਲੇ ਇੱਕ ਗੱਲ ਹੋਰ ਮੈਂ ਨਾ ਤੇਰੇ ਨਾਲ ਗੱਲ ਕਰਨੀ ਸੀਗੀ ਤੇਰੇ ਵਿਆਹ ਦੀ ਭਾਬੀ ਮੈਂ ਨਹੀਂ ਹਲੇ ਵਿਆਹ ਵੀ ਕਰਾਉਣਾ ਉਹ ਹੋ ਪੁੱਤਰ ਗੱਲ ਤਾਂ ਸੁਣ ਲਾ ਤੇਰੀ ਭਾਬੀ ਦੀ ਕੀ ਪਤਾ ਕੋਈ ਵਧੀਆ ਰਿਸ਼ਤਾ ਹੋਵੇ ਚੱਲ ਦੱਸ ਭਾਬੀ ਵੇ ਮੈਂ ਤੈਨੂੰ ਰਿਸ਼ਤਾ ਕਰਵਾਉਣ ਨੂੰ ਕਹਿੰਦੀ ਹਾਂ ਉਹ ਵੀ ਮੇਰੀ ਮਾਸੀ ਦੀ ਕੁੜੀ ਦਾ ਅਮਨ ਦਾ ਨਹੀਂ ਅਮਨ ਉਹ ਜਿਹਦਾ ਤਲਾਕ ਹੋ ਗਿਆ ਸੀ ਹਾਂ ਹਾਂ ਮੰਮੀ ਉਹੀ ਨਾਲੇ ਇਕੱਲੀ ਕੁੜੀ ਆ ਲੈਣ ਦੇਣ ਨਾਲ ਆਪਣਾ ਘਰ ਭਰ ਦੇਣਗੇ
ਤੇ ਇੱਕ ਗੱਲ ਹੋਰ, 3 ਕਿੱਲੇ ਜ਼ਮੀਨ ਦੇ ਵੀ ਆਉਂਦੇ ਨੇ। ਨਹੀਂ ਉਹਦੇ ਤਾਂ ਜਵਾਕ ਜੱਲਾ ਵੀ ਨਹੀਂ ਹੁੰਦਾ, ਆਪਾਂ ਕੀ ਕਰਾਉਣਾ ਉਹ ਤੋਂ। ਇਹ ਤਾਂ ਆਪਣੇ ਕਿਸਮਤ ਕਿਸਮਤ ਦੀ ਗੱਲ ਹੁੰਦੀ ਆ, ਨਾਲੇ ਔਲਾਦ ਤਾਂ ਬੰਦੇ ਦੇ ਆਪਦੇ ਕਰਮਾਂ ਦੀ ਗੱਲ ਹੈ, ਕੀ ਪਤਾ ਉਹਦੇ ਇੱਥੇ ਆ ਕੇ ਬੱਚਾ ਹੀ ਹੋ ਜੇ। ਦੇਖ ਭਾਬੀ, ਨਾ ਤਾਂ ਮੈਨੂੰ ਜ਼ਮੀਨ ਦਾ ਹੀ ਲਾਲਚ ਹੈ ਅਤੇ ਨਾ ਮੈਨੂੰ ਕੋਈ ਦਾਜ ਦਾ ਲਾਲਚ ਹੈ। ਬਾਕੀ ਮੈਨੂੰ ਇਹ ਗੱਲ ਨਾਲ ਵੀ ਕੋਈ ਖਾਸ ਫਰਕ ਨਹੀਂ ਪੈਂਦਾ ਸੀ ਵੀ ਉਹਦੇ ਜਵਾਕ ਨਹੀਂ ਹੁੰਦਾ, ਮੈਂ ਰਿਸ਼ਤਾ ਲੈ ਲੈਂਦਾ, ਪਰ ਮੈਂ ਕਿਸੇ ਹੋਰ ਕੁੜੀ ਨੂੰ ਪਸੰਦ ਕਰਦਾ, ਮੈਂ ਉਹਦੇ ਨਾਲ ਹੀ ਵਿਆਹ ਕਰਾਉਣਾ। ਪੁੱਤ, ਤੂੰ ਕਦੇ ਦੱਸਿਆ ਤਾਂ ਹੈ ਨਹੀਂ ਵੀ ਮੈਂ ਕੁੜੀ ਦੇਖ ਰੱਖੀ ਆਪਦੇ ਲਈ। ਬਸ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਿਆ ਸੀ, ਚੱਲ ਅੱਜ ਗੱਲ ਹੋ ਹੀ ਗਈ ਉਹਦੇ ਬਾਰੇ। ਅੱਛਾ, ਤਾਂ ਹੀ ਰੋਜ਼ ਗੱਡੀ ਲੈ ਕੇ ਜਾਂਦਾ, ਪੜ੍ਹਦਾ ਪੁੜ੍ਹਦਾ ਤਾਂ ਤੂੰ ਕਾਹਦਾ ਹੋਏਗਾ, ਆ ਆਸ਼ਕੀ ਕਰਨ ਜਾਂਦਾ ਅਤੇ ਲਾ ਕੇ 4 ਗੇੜੇ ਨਾ ਗੱਡੀ 'ਤੇ, ਆਈ ਮਗਰ ਲਾਈ ਹੋਣੀ ਆ ਤੂੰ। ਮਹਿਕ ਨੂੰ ਮੇਰੇ ਨਾਲ ਪੜ੍ਹਦੀ ਨੂੰ ਬਹੁਤ ਟਾਈਮ ਹੋ ਗਿਆ, ਜਿਵੇਂ ਆਸ਼ਕੀ ਕਰਨੀ ਹੁੰਦੀ ਨਾ ਫਿਰ ਇੱਥੇ ਤੱਕ ਨਹੀਂ ਆਉਂਦਾ ਸੀ। ਨਾਲੇ ਜਿਹਨੇ ਗੱਡੀਆਂ ਦੇਖ ਕੇ ਮਗਰ ਲੱਗਣਾ ਹੁੰਦਾ ਨਾ, ਉਹ ਸਿਰਫ ਗੱਡੀਆਂ ਨੂੰ ਹੀ ਪਿਆਰ ਕਰਦੀਆਂ ਨੇ, ਬੰਦੇ ਨੂੰ ਨਹੀਂ। ਮਹਿਕ ਨੂੰ ਕੋਈ ਸ਼ੌਕ ਨਹੀਂ ਹੈਗਾ ਗੱਡੀ ਗੁੱਡੀ ਦਾ। ਪੁੱਤ, ਕੁੜੀ ਆਪਣੀ ਜਾਤ ਦੀ ਹੈ। ਨਹੀਂ, ਮੈਂ ਤਾਂ ਪੰਡਤਾਂ ਦੀ ਕੁੜੀ ਆ। ਨਾ ਪੁੱਤ, ਫਿਰ ਰਹਿਣ ਦਿਓ, ਲੋਕ ਕਹਿਣਗੇ ਜੱਟਾਂ ਦੀ ਕੁੜੀ ਨਹੀਂ ਦਿੱਤੀ ਇਹਨੂੰ, ਅਤੇ ਲੋਕ ਮਜ਼ਾਕ ਕਰਨਗੇ ਨਾਲੇ। ਹੁਣ ਲੈ, ਇਹ ਤਾਂ ਜਾਤਾਂ ਪਤਾ ਬੇਬੇ, ਆਪਾਂ ਨੇ ਬਣਾਈਆਂ ਨੇ, ਰੱਬ ਨੇ ਥੋੜ੍ਹਾ ਬਣਾਈਆਂ ਨੇ, ਮੈਂ ਨਹੀਂ ਵਿਸ਼ਵਾਸ ਕਰਦਾ ਜਾਤਾਂ ਜੁੱਤਾਂ ਹੀ ਅੱਜ। ਪਰ ਮੈਨੂੰ ਤਾਂ ਠੀਕ ਨਹੀਂ ਲੱਗਦਾ ਪੁੱਤ, ਅੱਗੇ ਤੇਰੀ ਮਰਜ਼ੀ ਆ। ਚੁੱਪ ਕਰਕੇ ਨਾ ਮੇਰੀ ਮਾਸੀ ਦੀ ਕੁੜੀ ਦਾ ਰਿਸ਼ਤਾ ਲੈ ਲਓ, ਫਿਰ ਪਛਤਾਓਗੇ ਜੇ ਰਿਸ਼ਤਾ ਹੱਥੋਂ ਨਿਕਲ ਗਿਆ। ਵਿਆਹ ਚਾਹੇ ਆਪਦੀ ਮਰਜ਼ੀ ਨਾ ਕਰਾ ਲਾ, ਪਰ ਕੁੜੀ ਜੱਟਾਂ ਦੀ ਹੋਣੀ ਚਾਹੀਦੀ ਆ, ਪਿੰਡ 'ਚ ਰਹਿਣਾ ਆਪਾਂ ਨੇ, ਬੇਇੱਜ਼ਤੀ ਨਹੀਂ ਕਰਾਉਣੀ ਲੋਕਾਂ ਤੋਂ। ਦੇਖ ਬਾਈ, ਵਿਆਹ ਕਰਾਊਂਗਾ ਜੇ ਤਾਂ ਮੈਂ ਇਸੇ ਕੁੜੀ ਨਾਲ ਕਰਾਊਂਗਾ, ਨਹੀਂ ਫਿਰ ਮੈਂ ਕਰਾਉਂਦਾ ਹੀ ਨਹੀਂ। ਦੇਖ ਪੁੱਤ, ਸਾਡਾ ਤਾਂ ਸਮਝਾਉਣ ਦਾ ਫਰਜ਼ ਸੀ, ਤੂੰ ਜਵਾਕ ਤਾਂ ਹੈ ਨਹੀਂ ਵੀ ਤੈਨੂੰ ਕੁੱਟ ਕੇ ਸਮਝਾ ਲਾਂਗੇ, ਅੱਗੇ ਤੇਰੀ ਮਰਜ਼ੀ ਆ। ਦੇਖ ਭਾਈ, ਜੇ ਮੇਰੇ ਹੱਥ ਦਾ ਰਿਸ਼ਤਾ ਨਹੀਂ ਲੈਣਾ ਨਾ, ਤਾਂ ਫਿਰ ਨਾ ਤਾਂ ਮੈਂ ਧੋਵਾਂ ਤੇਰੇ ਕੱਪੜੇ ਅਤੇ ਨਾ ਮੈਂ ਤੈਨੂੰ ਫੜਾਵਾਂ ਰੋਟੀ, ਫਿਰ ਜਿਹੜੀ ਤੂੰ ਲੈ ਕੇ ਆਉਣੀ ਆ ਲੈ ਆ ਜਾ ਕੇ। ਤੂੰ ਕਿਉਂ ਪਾਗਲ ਹੋਇਆ ਫਿਰ ਤਾਂ, ਕਿਸੇ ਵਧੀਆ ਘਰ ਦੀ ਕੁੜੀ ਨਾਲ ਵਿਆਹ ਕਰਾ ਲਾ, ਤੂੰ ਸੱਟ ਕਿਹੜਾ ਇੱਦਾਂ। ਮੈਂ ਪਾਗਲ ਨਹੀਂ ਹੋਇਆ ਵੀਰੇ, ਮੈਨੂੰ ਸਭ ਪਤਾ ਕੀ ਮੇਰੇ ਲਈ ਸਹੀ ਆ ਅਤੇ ਕੀ ਗਲਤ ਹੈ। ਜੇ ਇਸ ਘਰ 'ਚ ਕੋਈ ਆਊਗੀ ਨਾ ਤਾਂ ਮਹਿ ਕੇ ਆਊਗੀ, ਚਾਹੇ ਜੋ ਮਰਜ਼ੀ ਹੋ ਜਾਏ। ਜਾਂ ਦਫਾ ਹੋ ਫਿਰ। ਮੰਮੀ, ਤੁਸੀਂ ਰਹਿਣ ਦਿਓ ਕੱਪੜੇ ਧੋਣ ਨੂੰ, ਤੁਸੀਂ ਆਰਾਮ ਨਾਲ ਬੈਠੋ, ਮੈਂ ਆਪੇ ਧੋ ਦੂੰਗੀ। ਕਿੰਨੀ ਚੰਗੀ ਹੈ ਇਹ, ਉਹਨੇ ਤਾਂ ਕਦੇ ਨਹੀਂ ਕਿਹਾ ਵੀ ਮੈਂ ਤੇਰੇ ਕੱਪੜੇ ਧੋ ਦੂੰ। ਮੰਮੀ, ਕੋਈ ਨਹੀਂ ਪੁੱਤ, ਇੱਕੋ ਤਾਂ ਮੇਰਾ ਸੂਟ ਹੈਗਾ, ਮੈਂ ਆਪੇ ਧੋ ਲੂੰਗੀ। ਨਹੀਂ ਨਹੀਂ ਮੰਮੀ, ਸਾਡੇ ਹੁੰਦੇ ਤੁਸੀਂ ਕੀ ਸੂਟ ਧੋਵੋਗੇ, ਮੈਂ ਆਪੇ ਧੋ ਲੂੰਗੀ। ਦੇਖ ਕਿਵੇਂ ਚੰਗੀ ਹੋਣ ਦੇ ਨਾਟਕ ਕਰਦੀ ਆ। ਮਹਿਕ, ਤੇਰੇ ਵਾਲੀ ਵਾਸ਼ਿੰਗ ਮਸ਼ੀਨ ਕਦੋਂ ਆਉਣੀ ਆ? ਇਹ ਤਾਂ ਹੁਣ ਪੁਰਾਣੀ ਹੋ ਗਈ ਨਾ, ਕਿਉਂਕਿ ਇਹਨੂੰ ਬਹੁਤ ਟਾਈਮ ਹੋ ਗਿਆ, ਮੇਰੇ ਪੇਕਿਆਂ ਨੇ ਦਿੱਤੀ ਹੋਈ ਆ। ਪਰ ਦੀਦੀ, ਮੈਂ ਤਾਂ ਮੰਗਾਈ ਨਹੀਂ ਮੇਰੇ ਪੇਕਿਆਂ ਤੋਂ ਮਸ਼ੀਨ। ਸਮਾਨ ਤਾਂ ਦੇਣਗੇ ਤੈਨੂੰ, ਵਿੱਚੇ ਮਸ਼ੀਨ ਕਹਿ ਦੀ ਲੈ ਦੇਣਗੇ। ਦੀਦੀ, ਸਮਾਨ ਕਿਹੜਾ ਦੇਣਾ, ਮੈਂ ਤਾਂ ਇਹਨਾਂ ਨੂੰ ਵਿਆਹ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਮੇਰੇ ਪੇਕੇ ਨਹੀਂ ਕੁਛ ਦੇ ਸਕਦੇ। ਅੱਛਾ, ਐਵੇਂ ਹੀ ਤੋਰਤਾ ਤੈਨੂੰ ਤਾਂ ਫਿਰ? ਮੈਂ ਸੋਚਿਆ ਚਲ ਮੇਰੇ ਵਾਲਾ ਦਾਜ ਤਾਂ ਪੁਰਾਣਾ ਹੋ ਗਿਆ, ਤੇਰੇ ਵਾਲਾ ਵਰਤਿਆ ਕਰਾਂਗੇ। ਹਰਦੀਪ। ਹਾਂਜੀ। ਨਾ ਤਾਂ ਕੋਈ ਮੈਨੂੰ ਤਰਾਜ ਹੈ ਦਾਜ ਦਾ, ਅਤੇ ਨਾ ਹਨੀ ਨੂੰ ਹੈ, ਅਤੇ ਤੂੰ ਕਿਉਂ ਸਾਰਾ ਦਿਨ ਸੁਣਾਉਂਦੀ ਰਹਿੰਦੀ ਆ? ਨਾ, ਮੇਰੇ ਪੇਕਿਆਂ ਤੋਂ ਤਾਂ ਤੁਸੀਂ ਸਾਰਾ ਸਮਾਨ ਲੈ ਲਿਆ ਸੀਗਾ, ਅਤੇ ਉਹਨਾਂ ਨੇ ਤਾਂ ਗੱਡੀ ਵੀ ਦਿੱਤੀ ਸੀ, ਅਤੇ ਹੁਣ ਹਨੀ ਵਾਰੀ ਸਾਰੇ ਚੁੱਪ ਕਰ ਗਏ, ਨਾ ਹੁਣ ਵੀ ਲੈ ਆਉਂਦੇ ਦਾਜ ਵਾਲੀ ਬਹੂ। ਦੇਖ ਪੁੱਤ, ਅਸੀਂ ਕਿਹੜਾ ਤੇਰੇ ਪੇਕਿਆਂ ਤੋਂ ਕੁਛ ਮੰਗਿਆ ਸੀਗਾ, ਜੋ ਦਿੱਤਾ ਉਹਨਾਂ ਨੇ ਆਪ ਹੀ ਦਿੱਤਾ। ਮੇਰੇ ਪੇਕਿਆਂ ਨੂੰ ਤਾਂ ਸ਼ਰਮ ਆਉਂਦੀ ਸੀਗੀ, ਅਤੇ ਉਹਨਾਂ ਨੇ ਸ਼ਰਮ ਨੂੰ ਦਿੱਤਾ ਦਾਜ, ਅਤੇ ਇਹਦੇ ਪੇਕਿਆਂ ਨੇ ਇੰਨਾ ਮਲੰਗ ਪੂਣਾ ਦਿਖਾਤਾ, ਐਂ ਘਰੋਂ ਕੱਢਤੀ ਜਿਵੇਂ ਗਾਂ ਦਾ ਸੰਗਲ ਲਾਹੀਦਾ। ਚੱਲ ਤੈਨੂੰ ਕੀ, ਸਮਾਨ ਦਿੰਦੇ ਤਾਂ ਉਹਨੂੰ ਦਿੰਦੇ, ਨਾਲੇ ਇਕੱਲਾ ਸਮਾਨ ਹੀ ਥੋੜ੍ਹਾ ਦੇਖਣਾ ਗਾ, ਕੁੜੀ ਕੰਮ ਕਾਰ ਵਾਲੀ ਹੈ ਅਤੇ ਸੁਭਾਅ ਵੀ ਬਹੁਤ ਵਧੀਆ। ਹੁਣ ਤਾਂ ਤੁਹਾਨੂੰ ਸਾਊ ਲੱਗਣੀ ਆ, ਇੰਨੇ ਸਾਲ ਭਾਂਡੇ ਮੇਰੇ ਤੋਂ ਮਜਾ ਲਏ, ਹੁਣ ਉਹਨੂੰ ਆਉਂਦੀ ਨੂੰ ਬਣਾਤਾ ਘਰ ਦੀ ਮਾਲਕ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਮੇਰੇ ਘਰ ਦੇ ਕੁਛ ਨਹੀਂ ਦੇ ਸਕਦੇ, ਫਿਰ ਤੁਹਾਡਾ ਫਰਜ਼ ਨਹੀਂ ਬਣਦਾ ਸੀ ਘਰਦਿਆਂ ਨੂੰ ਦੱਸਣ ਦਾ? ਉਹ ਹੁਣ ਕੀ ਹੋ ਗਿਆ, ਤੈਨੂੰ ਭਾਬੀ ਨੇ ਕੁਛ ਕਹਿਤਾ ਜਾਂ ਮਾਤਾ ਨੇ ਕੁਛ ਕਿਹਾ? ਮੰਮੀ ਨੇ ਤਾਂ ਕਦੇ ਕੁਛ ਨਹੀਂ ਕਿਹਾ, ਮੰਮੀ ਤਾਂ ਬਥੇਰੀ ਚੰਗੀ ਹੈ, ਪਰ ਦੀਦੀ ਸੁਣਾਉਂਦੀ ਰਹਿੰਦੀ ਹੈ ਵੀ ਤੇਰਾ ਸਮਾਨ ਕਦੋਂ ਆਊਗਾ। ਉਹ ਯਾਰ, ਉਹਨੂੰ ਤਾਂ ਗੁੱਸਾ ਆਉਂਦਾ, ਮੈਂ ਉਹਦੇ ਕਹੇ ਤੋਂ ਉਹਦੀ ਮਾਸੀ ਦੀ ਕੁੜੀ ਦਾ ਰਿਸ਼ਤਾ ਨਹੀਂ ਲਿਆ, ਤਾਂ ਲੱਗਦੀ ਉਹ ਤੇਰੇ ਤੇ। ਫਿਰ ਨਾ ਤੁਸੀਂ ਗਲਤੀ ਕੀਤੀ ਆ, ਫਿਰ ਤੁਸੀਂ ਉਹਦੇ ਨਾਲ ਹੀ ਵਿਆਹ ਕਰਾ ਲੈਣਾ ਸੀ, ਨਾਲੇ ਤਾਂ ਅਗਲੀ ਦਾਜ ਲੈ ਕੇ ਆਉਂਦੀ।
ਉਹ ਮੈਂ ਤੈਨੂੰ ਬਹੁਤ ਵਾਰੀ ਕਹਿ ਚੁੱਕਿਆ ਮੈਨੂੰ ਦਾਜ ਨਹੀਂ ਤੂੰ ਚਾਹੀਦੀ ਸੀ ਮੈਂ ਤੈਨੂੰ ਇਸੇ ਕਰਕੇ ਚੁਣਿਆ ਪਰ ਤੁਹਾਡੇ ਘਰਦਿਆਂ ਨੂੰ ਤਾਂ ਲੋੜ ਸੀ ਨਾ ਦਾਜ ਦੀ ਨਾ ਤਾਂ ਵੀਰੇ ਨੇ ਕੋਈ ਦਾਜ ਦੀ ਗੱਲ ਕੀਤੀ ਹੈ ਨਾ ਕਦੇ ਮਾਤਾ ਨਹੀਂ ਕੀਤੀ ਹੈ ਪ੍ਰੋਬਲਮ ਸਿਰਫ ਭਾਬੀ ਨੂੰ ਆ ਅਤੇ ਭਾਬੀ ਦੀ ਪ੍ਰੋਬਲਮ ਮੈਂ ਤੈਨੂੰ ਦੱਸ ਚੁੱਕਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕਿਵੇਂ ਐਡਜਸਟ ਕਰੂੰਗੀ ਇਹਦੇ ਨਾਲ ਇਹ ਰੋਜ਼ ਰੋਜ਼ ਸੁਣਨਾ ਬਹੁਤ ਔਖਾ ਹੈ ਦੋ ਚਾਰ ਦਿਨ ਬੋਲ ਕੇ ਹਟ ਜੂਗੀ ਕਿੰਨਾ ਚਿਰ ਬੋਲੂਗੀ ਨਾਲੇ ਉਹ ਤੇਰੀ ਜਠਾਣੀ ਆ ਸੱਸ ਥੋੜ੍ਹੋ ਆ ਵੀ ਤੇਰੇ ਤੋਂ ਰੋਜ਼ ਰੋਜ਼ ਰੋ ਮਾਰੀ ਆਇਆ ਕਰੂਗੀ ਜ਼ਿਆਦਾ ਔਖੀ ਹੋਊਗੀ ਆਪਾਂ ਅੱਡ ਹੋ ਜਾਵਾਂਗੇ ਨਹੀਂ ਨਹੀਂ ਯਾਰ ਅੱਡ ਕੇ ਹੋਣਾ ਚੱਲ ਕੋਈ ਨਹੀਂ ਮੈਂ ਪੂਰੀ ਕੋਸ਼ਿਸ਼ ਕਰੂੰਗੀ ਐਡਜਸਟ ਕਰਨ ਦੀ ਤੂੰ ਸਾਰੀ ਦਿਹਾੜੀ ਚੁੱਪ ਹੀ ਬੈਠਿਆ ਰਿਹਾ ਕਰ ਮਾੜਾ ਮੋਟਾ ਹਣੀ ਨੂੰ ਪੁੱਛ ਨਹੀਂ ਸਕਦਾ ਵੀ ਆਪਣੀ ਮਰਜ਼ੀ ਨਾਲ ਉਹਨੇ ਕਿਸੇ ਹੋਰ ਜੱਟ 'ਚ ਵਿਆਹ ਤੱਕ ਕਰਵਾ ਲਿਆ ਨਾ ਹੁਣ ਦਾਜ ਵੀ ਮੰਗਵਾ ਲੇ ਆਪਾਂ ਦੱਸ ਕੀ ਲੈਣਾ ਦਾਜ ਤੋਂ ਦੇਣਗੇ ਉਹਨਾਂ ਨੂੰ ਭਾ ਤੈਨੂੰ ਦੱਸ ਕੀ ਮਿਲ ਜੂਗਾ ਅੱਛਾ ਹੁਣ ਮੈਂ ਆਪ ਦਾ ਸਮਾਨ ਤੜਵਾਈ ਜਾਵਾਂ ਉਹ ਤੋਂ ਹੈ ਨਾ ਉਹਨਾਂ ਨੇ ਤਾਂ ਸ਼ਰਮ ਹੀ ਲਾਤੀ ਮਲੰਗਾ ਨੇ ਪੇਟੀ ਵੀ ਨਹੀਂ ਦਿੱਤੀ ਮੇਰੀ ਗੱਲ ਸੁਣ ਲਾ ਮੈਂ ਨਹੀਂ ਆਪਦੇ ਸਮਾਨ ਨੂੰ ਹੱਥ ਲਾਉਣ ਦਿੰਦੀ ਉਹ ਯਾਰ ਗੱਲ ਸਮਝ ਹੀ ਹੁੰਦੀ ਆ ਜੇ ਕੁਝ ਦੇਣ ਜੋਗੇ ਹੁੰਦੇ ਤਾਂ ਹੀ ਦਿੰਦੇ ਉਹ ਨਾ ਇਹਨੂੰ ਕੀ ਲੋੜ ਸੀ ਇਹਦੇ ਨਾਲ ਵਿਆਹ ਕਰਾਉਣ ਦੀ ਇੰਨਾ ਸੋਹਣਾ ਰਿਸ਼ਤਾ ਕਰਾਉਂਦੀ ਸੀ ਮੈਂ ਇਹ ਤੋਂ ਕਿਹੜਾ ਲਿਆ ਗਿਆ ਉਹ ਜੇ ਕੁਝ ਦਿੱਤਾ ਨਹੀਂ ਕੁੜੀ ਵੀ ਦੇਖ ਲੈ ਕਿੰਨੀ ਸੋਹਣੀ ਆ ਉਹਦਾ ਬਾਂਦਰੀ ਹੀ ਸੀ ਨਾ ਤੈਨੂੰ ਕੁਝ ਜ਼ਿਆਦਾ ਨਹੀਂ ਸੋਹਣੀ ਲੱਗਦੀ ਮੈਨੂੰ ਤਲਾਕ ਦੇ ਦੇ ਤੇ ਇਹਨੂੰ ਰੱਖ ਲੈ ਜੇ ਜ਼ਿਆਦਾ ਹੀ ਪਸੰਦ ਆ ਸੋਹਣੀ ਲੱਗਦੀ ਨਹੀਂ ਸੋਹਣੀ ਹੈਗੀ ਆ ਨਾਲ ਇਹਦੇ 'ਚ ਕੀ ਗਲਤ ਗਿਆ ਮੈਂ ਵਿਹਲੀ ਰਹਿੰਦੀ ਹੈ ਸਾਰਾ ਦਿਨ ਸ਼ਕੀਨੀਆਂ ਲਾਉਣ 'ਤੇ ਆ ਜਦੋਂ ਮੈਂ ਇਸ ਘਰ 'ਚ ਵਿਆਹੀ ਆਈ ਸੀ ਨਾ ਮੈਂ ਵੀ ਬਥੇਰੀ ਸੋਹਣੀ ਸੀ ਪਰ ਹੁਣ ਰੋਲ ਕੇ ਰੱਖਤਾ ਮੈਨੂੰ ਤੁਹਾਡੇ ਕੰਮ ਧੰਦਿਆਂ ਨੇ ਤੂੰ ਤਾਂ ਹੁਣ ਵੀ ਬਥੇਰੀ ਸੋਹਣੀ ਆ ਨੀਰੂ ਬਾਜੋ ਦਾ ਭੁਲੇਖਾ ਪੈਂਦਾ ਮੈਨੂੰ ਤੇਰੇ ਚੋਂ ਇਹ ਪੰਪ ਕਿਸੇ ਹੋਰ ਨੂੰ ਮਾਰੀ ਮੇਰੇ ਤੇ ਨਹੀਂ ਚੱਲਣੇ ਨਾਲੇ ਜਵਾਨ 'ਚੋਂ ਸੱਚੀ ਗੱਲ ਤਾਂ ਨਿਕਲ ਜਾਂਦੀ ਹੈ ਤੂੰ ਵੀ ਉਹਦੇ 'ਤੇ ਡੁੱਲਿਆ ਫਿਰਦਾ ਪਹਿਲਾਂ ਹੁਣੇ ਸ਼ਕੀਨੀ ਲਾ ਕੇ ਉਹ ਪੱਟ ਲਿਆ ਤੈਨੂੰ ਕਿਹੜਾ ਛੱਡੂਗੀ ਮੈਂ ਕੋਈ ਗਲਤ ਤਰੀਕੇ ਨਾਲ ਨਹੀਂ ਕਿਹਾ ਵੀ ਉਹ ਸੋਹਣੀ ਆ ਨਾਲੇ ਇੱਕ ਗੱਲ ਸੁਣ ਲਾ ਮੇਰੀ ਤੁਹਾਡੀ ਭਾਬੀ ਭੈਣਾਂ ਵਾਂਗੂ ਹੁੰਦੀ ਆ ਭੈਣਾਂ ਵਾਂਗੂ ਹੀ ਹੁੰਦੀ ਆ ਭੈਣ ਤਾਂ ਨਹੀਂ ਨਾਲੇ ਤੇਰੇ ਵਰਗੇ ਠਰਕੀ ਦਾ ਕੀ ਪਤਾ ਆਪਦੀ ਤੀਵੀਂ ਛੱਡ ਕੇ ਉਹਦੇ ਮਗਰ ਲੱਗਿਆ ਫਿਰਦਾ ਤੇਰੇ ਕੋਲ ਤਾਂ ਯਾਰ ਬੈਠਣ ਦਾ ਫਾਇਦਾ ਹੀ ਨਹੀਂ ਤਾਂ ਇਹਦਾ ਪੁੱਠੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਮੈਂ ਤਾਂ ਮਸਾਂ ਸਮਰਾਈ ਆ ਤੇ ਫਿਰ ਕੋਈ ਠੀਕ ਵੀ ਨਹੀਂ ਕਰਵਾ ਕੇ ਲਿਆ ਕੇ ਦਿੰਦਾ ਇਹਨੂੰ ਨਾਲੇ ਭਾਈ ਨੇ ਆਖਿਆ ਵੀ ਜ਼ਿਆਦਾ ਗਰਮ ਨਹੀਂ ਹੋਣ ਦੇਣੀ ਇਹ ਮੇਰੀ ਗੱਲ ਸੁਣ ਇਹ ਤਾਂ ਛੋਟੀ ਜਿਹੀ ਚੀਜ਼ ਆ 500 ਦੀ ਆ ਜਾਂਦੀ ਆ ਨਾ ਇਹ ਤਾਂ ਦੇ ਹੀ ਸਕਦੇ ਤੇਰੇ ਪੇਕੇ ਤੂੰ ਤਾਂ ਪ੍ਰੈਸ ਕਰਨ ਗਈ ਸੀ ਮੁੜ ਕਿਉਂ ਆਈ ਭਾਬੀ ਨੇ ਪ੍ਰੈਸ ਖੋਲੀ ਕਹਿੰਦੀ ਖਰਾਬ ਹੋ ਜੂਗੀ ਕਹਿੰਦੀ ਜੇ ਬਾਲਾ ਹੀ ਸ਼ੌਂਕ ਹੈ ਨਾ ਕੱਪੜੇ ਪ੍ਰੈਸ ਕਰਕੇ ਪਾਉਣ ਦਾ ਤਾਂ ਆਪਣੇ ਪੇਕਿਆਂ ਤੋਂ ਮੰਗਾ ਲਾ ਭਾਬੀ ਦੀ ਐਡੀ ਹਿੰਮਤ ਉਹਨੇ ਤੇਰੇ ਹੱਥ 'ਚੋਂ ਪ੍ਰੈਸ ਖੋਲੀ ਮੈਂ ਪੁੱਛਦਾ ਉਹਨੂੰ ਹੁਣੇ ਜਾ ਕੇ ਨਾਲੇ ਇੱਕ ਛੱਡ ਤੈਨੂੰ 2 ਪ੍ਰੈਸਾਂ ਲੈ ਕੇ ਦਊਂ ਫਿਰ ਦਿਖਾਵੇ ਮੈਨੂੰ ਰੋਕ ਕੇ ਨਹੀਂ 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 ਰਹਿਣ ਦਿਓ ਐਵੇਂ ਘਰੇ ਕਲੇਸ਼ ਹੋ ਜੂਗਾ ਹੁਣ ਚੁੱਪ ਕਰਕੇ ਨਹੀਂ ਸਰਦਾ ਹੁਣ ਤਾਂ ਬੋਲਣਾ ਹੀ ਪਊਗਾ ਦੇਖ ਚੁੱਕਿਆ ਮੈਂ ਚੁੱਪ ਰਹਿ ਕੇ ਕੋਈ ਨਹੀਂ ਤੁਸੀਂ ਗੁੱਸਾ ਨਾ ਕਰੋ ਇਹ ਕਿਹੜਾ ਬਾਲੀ ਮਹਿੰਗੀ ਹੈ ਮੈਂ ਆਪਣੇ ਪੇਕਿਆਂ ਤੋਂ ਲੈ ਆਉਂਗੀ ਗੱਲ ਮਹਿੰਗੀ ਸਸਤੀ ਨਹੀਂ ਹੁੰਦੀ ਨਾਲੇ ਹੁਣ ਜੇ ਤੈਨੂੰ ਕੋਈ ਚੀਜ਼ ਚਾਹੀਦੀ ਆ ਉਹ ਲਿਆ ਕੇ ਦੇਣਾ ਮੇਰੀ ਜ਼ਿੰਮੇਵਾਰੀ ਆ ਨਾ ਕਿ ਤੇਰੇ ਪੇਕਿਆਂ ਦੀ ਜੇ ਤੂੰ ਮੇਰੀ ਹੈ ਤਾਂ ਤੇਰੀ ਜ਼ਿੰਮੇਵਾਰੀ ਵੀ ਤਾਂ ਮੇਰੀ ਹੋ ਬਣਦੀ ਆ ਮਾਤਾ ਭਾਬੀ ਨੂੰ ਸਮਝਾ ਲੈਣਾ ਹੀ ਕੰਮ ਵਧੂਗਾ ਉਹ ਮਹਿਕ ਦੇ ਹੱਥ 'ਚੋਂ ਹਰੇਕ ਚੀਜ਼ ਖੋ ਲੈਂਦੀ ਆ ਮੈਂ ਤਾਂ ਸਮਝਾ ਸਮਝਾ ਕੇ ਥੱਕ ਗਈ ਪੁੱਤ ਉਹਨੂੰ ਹੁਣ ਤਾਂ ਤੂੰ ਤੇਰੇ ਵੀਰੇ ਨੂੰ ਕਹਿ ਉਹੀ ਉਹਦੀ ਚੂੜੀ ਕਸੂ ਕੋਈ ਨਾ ਭਰਾ ਵੀਰੇ ਨਾਲ ਹੀ ਗੱਲ ਕਰਦਾ ਹਾਂ ਹਾਂ ਵੀਰੇ ਭਾਬੀ ਮੈਂ ਤੈਨੂੰ ਕੋਈ ਚੀਜ਼ ਨਹੀਂ ਵਰਤਣ ਦਿੰਦੀ ਫਿਰ ਹੁਣ ਮੈਂ ਸਾਰਾ ਸਮਾਨ ਨਵਾਂ ਹੀ ਲਿਆ ਦਾਂ ਉਹਦਾ ਤਾਂ ਯਾਰ ਦਿਮਾਗ ਮੋਟਾ ਮੈਂ ਤਾਂ ਉਹਨੂੰ ਬਹੁਤ ਸਮਝਾ ਥੱਕ ਗਿਆ ਉਹ ਤੂੰ ਕਾਹਦੀ ਟੈਨਸ਼ਨ ਲੈ ਕੇ ਬੈਠੀ ਜੇ ਨਹੀਂ ਤੇਰਾ ਐਡਜਸਟਮੈਂਟ ਹੁੰਦੀ ਆਪਾਂ ਅੱਡ ਹੋ ਜਾਂਦੇ ਹਾਂ ਟੈਨਸ਼ਨ ਨਹੀਂ ਲੈ ਕੇ ਬੈਠੀ ਬਸ ਮੇਰਾ ਥੋੜ੍ਹਾ ਸਿਰ ਜਿਹਾ ਦੁੱਖ ਰਿਹਾ ਸੀ ਮੈਨੂੰ ਲੱਗਦਾ ਮੈਨੂੰ ਬੁਖਾਰ ਹੋ ਗਿਆ ਫਿਰ ਬੈਠ ਕੇ ਥੋੜ੍ਹਾ ਠੀਕ ਹੋ ਚਲੋ ਤੈਨੂੰ ਦਵਾਈ ਦਵਾ ਕੇ ਲਿਆਵਾਂ Thank you.
जे एडा ही गड्डियां च बैठण दा शौक आ ना तां गड्डी इहदे पेक्यां तों मंगवा लै, नहीं फिर अपनी लियाओ। बहुत बेइज्जती करा ली, हुण होर नहीं कराई जांदी, अज तक पासा करना ही पऊगा। चलो कोई गल नहीं, मैनू कोई फर्क नहीं पैंदा, मोटरसाइकिल होवे जां गड्डी। तेनू फर्क नहीं पैंदा पर मैनू तां पैंदा। ਫੜੀ ਕਿੱਥੇ ਗਿਆ? ਤਾਰੇ ਮੋਟਰਸਾਈਕਲ ਤੇ ਲੈ ਜਾਂਦਾ ਮੈਂ ਕਰੋ, ਗੱਡੀ ਕਿਉਂ ਨਹੀਂ ਲੈ ਕੇ ਗਿਆ? ਉਹ ਤਾਂ ਲੈ ਕੇ ਜਾਂਦਾ ਸੀ, ਮੈਂ ਨਹੀਂ ਲਿਜਾਣ ਦਿੱਤੀ। ਨਾਲੇ ਇੱਕ ਗੱਲ ਹੋਰ, ਮੈਂ ਆਪਦੇ ਪੇਕਿਆਂ ਦਾ ਸਮਾਨ ਨਾ ਤੜਵਾਉਣਾ ਨਹੀਂ ਹੈਗਾ ਉਹਨਾਂ ਕੋਲੋਂ। ਉਹ ਤਾਂ ਸਾਰਾ ਸਮਾਨ ਤੋੜ ਕੇ ਆਪ ਅੱਡ ਹੋ ਜਾਣਗੇ, ਫਿਰ ਤੂੰ ਦੱਸ ਕੀ ਕਰੇਗਾ? ਮੈਨੂੰ ਤਾਂ ਲੱਗਦਾ ਤੂੰ ਸੁਧਰ ਜਾਏਗੀ, ਪਰ ਤੂੰ ਨਹੀਂ ਸੁਧਰਨਾ, ਉਹਦਾ ਘਰ 'ਚ ਫਰਕ ਪਵਾ ਕੇ ਰਹਿਣਾ। ਵੇ ਬਹਿ ਜਾ ਟਿੱਕ ਕੇ, ਚੱਲ ਜਾ। ਬਾਜ਼ਾਰ ਗਏ ਸੀ ਪੁੱਤ? ਬਾਜ਼ਾਰ ਕਾਹਨੂੰ ਗਏ ਸੀ? ਮੈਂ ਕਿਹਨੂੰ ਦਵਾਈ ਦਵਾ ਕੇ ਲਿਆਇਆ, ਇਹਨੂੰ ਬੁਖਾਰ ਚੜਦਾ। ਫਿਰ ਮੋਟਰਸਾਈਕਲ ਤੇ ਕਾਹਤੋਂ ਲੈ ਕੇ ਗਿਆ ਸੀਗਾ? ਇਹ ਤਾਂ ਪਹਿਲੀ ਬਿਮਾਰ ਹੈਗੀ, ਉਹ ਤਾਂ ਹੋਰ ਠੰਡ ਲੱਗ ਗਈ ਹੋ। ਗੱਡੀ ਦੇ ਮਾਲਕਾਂ ਨੇ ਦਿੱਤੀ ਨਹੀਂ ਗੱਡੀ, ਮਤਾ ਮੈਨੂੰ ਅੱਡ ਕਰ ਦੇ। ਮੈਥੋਂ ਨਹੀਂ ਉੱਥੇ ਰਿਹਾ ਜਾਂਦਾ ਜਿੱਥੇ ਕੋਈ ਆਪਣੇ ਨੂੰ ਆਪਣਾ ਸਮਝੇ ਹੀ ਨਾ। ਭਾਬੀ ਰੋਜ਼ ਬੇਇੱਜ਼ਤੀ ਕਰਦੀ ਰਹਿੰਦੀ ਆ। ਪੁੱਤ ਇਕੱਠ 'ਚ ਬਹੁਤ ਕੁਛ ਬਣ ਜਾਂਦਾ ਹੁੰਦਾ ਗਾ, ਅੱਡ ਹੋ ਕੇ ਤਾਂ ਚੁੱਲ੍ਹੇ ਦੇ ਖਰਚੇ ਨਹੀਂ ਪੂਰੇ ਹੁੰਦੇ। ਦੋ ਟਾਈਮ ਦੀ ਰੋਟੀ ਖਾਣ ਜੋਗਾ ਤਾਂ ਮੈਂ ਕਮਾ ਲੈਂਦਾ, ਕਿਧਰੇ ਨਹੀਂ ਭੁੱਖੇ ਮਰ ਲੱਗਿਆ ਸੀ। ਚੱਲ ਭਾਈ ਤੁਹਾਡੀ ਮਰਜ਼ੀ ਆ, ਜਿਵੇਂ ਕਰਨਾ ਕਰ ਲਓ। ਮੈਂ ਤਾਂ ਉਹਨੂੰ ਬਹੁਤ ਸਮਝਾਇਆ ਪਰ ਉਹਦੇ ਸਮਝ ਨਹੀਂ ਲੱਗੀ। ਪੁੱਤ ਜਾ ਹਰਦੀਪ ਨੂੰ ਬੁਲਾ ਕੇ ਲਿਆ। ਲਿਆਉਣਾ ਮਾਤਾ। ਹਾਂ ਬੇਬੇ। ਮੈਂ ਭਾਈ ਤੈਨੂੰ ਐਂ ਕਹਿੰਦੀ ਸੀ ਵੀ ਇਹਨਾਂ ਨੂੰ ਤੰਗ ਨਾ ਕਰ ਰੋਜ਼ ਰੋਜ਼। ਜੇ ਤੂੰ ਐਂ ਤੰਗ ਕਰਨਾ ਤੇ ਆਪਦਾ ਚੁੱਪ ਕਰਕੇ ਅੱਡ ਹੋ ਜਾ, ਰੋਜ਼ ਦਾ ਕਲੇਸ਼ ਮਾੜਾ ਹੁੰਦਾ ਗਾ। ਹੋਣਾ ਹੋ ਜਾਣਾ ਅੱਡ, ਮੈਨੂੰ ਵੀ ਕੋਈ ਫਰਕ ਨਹੀਂ ਪੈਂਦਾ, ਚਾਹੇ ਅੱਜ ਹੀ ਅੱਡ ਕਰ ਦਿਓ। ਮੇਰੇ ਕੋਲੋਂ ਨਹੀਂ ਰੋਜ਼ ਰੋਜ਼ ਸਮਾਨ ਤੜਵਾਇਆ ਜਾਂਦਾ ਆਪਣਾ। ਠੀਕ ਆ ਭਾਈ, ਜੇ ਤੈਨੂੰ ਐਂ ਲੱਗਦਾ ਨਾ ਤਾਂ ਆਪਦਾ ਸਮਾਨ ਲੈ ਕੇ ਅੱਡ ਹੋ ਜਾ, ਚੀਜ਼ਾਂ ਤਾਂ ਵਰਤਣ ਵਾਸਤੇ ਹੁੰਦੀਆਂ, ਰੱਖ ਲੈ ਆਪਦਾ ਸਮਾਨ ਸਾਂਭ ਕੇ। ਠੀਕ ਆ ਜੀ, ਅੱਧਾ ਘਰ ਇਹ ਰੱਖ ਲੈਣ ਅਤੇ ਅੱਧਾ ਘਰ ਅਸੀਂ ਰੱਖ ਲੈਂਦੇ, ਅਤੇ ਤੁਹਾਡਾ ਜਿੱਥੇ ਜੀ ਕਰਦਾ ਉੱਥੇ ਰੋਟੀ ਖਾ ਲਓ। ਘਰ ਦੀ ਵੰਡੀ ਤੁਹਾਡੀ ਮਰਜ਼ੀ ਨਾਲ ਨਹੀਂ ਪੈਣੀ, ਨਾਲੇ ਤੁਹਾਨੂੰ ਕਿਹਨੇ ਕਿਹਾਗਾ ਵੀ ਘਰ ਵਿੱਚ ਅੱਧਾ? ਜਿੰਨਾ ਚਿਕਰ ਮੈਂ ਬੈਠੀ ਹਾਂ ਤਿੰਨ ਹਿੱਸੇ ਵੰਡ ਗਏ, ਮੈਂ ਆਪਦੀ ਮਰਜ਼ੀ ਨਾਲ ਵੰਡਗਾ ਪਾਊਂਗੀ। ਫਿਰ ਤੁਸੀਂ ਰੋਟੀ ਸਾਡੇ ਨਾਲ ਹੀ ਖਾ ਲਓ ਅਤੇ ਇਹਨਾਂ ਨੂੰ ਤੀਜਾ ਹਿੱਸਾ ਦੇ ਕੇ ਅੱਡ ਕਰੋ। ਇਹ ਮੇਰੀ ਮਰਜ਼ੀ ਹੈ, ਮੈਂ ਜਿੱਥੇ ਮਰਜ਼ੀ ਰੋਟੀ ਖਾਵਾਂ, ਨਾਲੇ ਇਹ ਕੋਈ ਆਸਾਨ ਨਹੀਂ ਰੋਟੀ ਦਾ, ਮੇਰੇ ਕੋਲ ਮੇਰੀ ਜਾਇਦਾਦ ਹੈਗੀ ਰੋਟੀ ਜੋਗੀ। ਚੱਲ ਚੱਕ ਭਾਂਡੇ, ਹੋ ਜਾ ਅੱਡ, ਬਹੁਤ ਸੌਂਕ ਸੀ ਨਾ ਤੈਨੂੰ ਅੱਡ ਹੋਣ ਦਾ। ਪੁੱਤ ਤੁਸੀਂ ਬਾਜ਼ਾਰ ਜਾਓ, ਜਿਹੜੀ ਜਿਹੜੀ ਚੀਜ਼ ਦੀ ਲੋੜ ਆ ਲਿਆਓ, ਇਹਨਾਂ ਕੋਲ ਤਾਂ ਹੈ ਸਾਰੀ ਚੀਜ਼। ਅਤੇ ਜੇ ਤੁਸੀਂ ਗੱਡੀ ਲਿਆਉਣੀ ਆ ਤਾਂ ਮੇਰਾ ਹਿੱਸਾ ਵੇਚ ਕੇ ਗੱਡੀ ਵੀ ਲਿਆਓ। ਲੈ ਐਂ ਕਿਵੇਂ ਵੇਚ ਦੇਣਗੇ ਉਹ ਤੁਹਾਡਾ ਹਿੱਸਾ? ਸਾਡਾ ਵੀ ਹਿੱਸਾ ਉਹਦੇ ਵਿੱਚ। ਤੁਹਾਡਾ ਹਿੱਸਾ ਦੇ ਕੇ ਤੁਹਾਨੂੰ ਅੱਡ ਕਰ ਰਹੀ ਹਾਂ ਨਾ, ਮੇਰਾ ਹਿੱਸਾ ਮੇਰੀ ਮਰਜ਼ੀ, ਚਾਹੇ ਮੈਂ ਵੇਚਾਂ ਚਾਹੇ ਕਿਸੇ ਨੂੰ ਦੇਵਾਂ। ਨਹੀਂ ਨਹੀਂ ਮਾਤਾ, ਅਸੀਂ ਇਕੱਲੇ ਨਹੀਂ ਤੇਰਾ ਹਿੱਸਾ ਰੱਖਣਾ ਨਾ ਵੇਚਣਾ, ਸਾਨੂੰ ਕੋਈ ਚੱਕਰ ਨਹੀਂ, ਤੂੰ ਚਾਹੇ ਸਾਡੇ ਨਾਲ ਰਹਿ ਪਰ ਬਰਾਬਰ ਦਾ ਹਿੱਸਾ ਉਹਨਾਂ ਨੂੰ ਵੰਡ ਕੇ ਦੇ, ਨਾਲੇ ਮੈਂ ਸਾਰਾ ਕੁਛ ਆਪਦਾ ਕਮਾ ਕੇ ਬਣਾ ਲੂੰਗਾ। ਹਾਂ ਮੰਮੀ, ਤੁਸੀਂ ਚਾਹੇ ਸਾਰਾ ਹਿੱਸਾ ਇਹਨਾਂ ਨੂੰ ਦੇ ਦਿਓ, ਸਾਨੂੰ ਕੁਝ ਨਹੀਂ ਚਾਹੀਦਾ, ਬਸ ਸਾਨੂੰ ਤਾਂ ਇਹ ਚਾਹੀਦਾ ਕਿ ਤੁਸੀਂ ਸਾਡੇ ਨਾਲ ਰਹੋ, ਕਿਉਂਕਿ ਘਰ ਵੀ ਉੱਥੇ ਹੀ ਘਰ ਹੁੰਦਾ ਜਿੱਥੇ ਮਾਂ ਹੁੰਦੀ ਹੈ। ਦੇਖ ਲਾ ਤੂੰ ਆਪਣੇ ਸਮਾਨ ਦੀ ਸੁਣਾਉਂਦੀ ਰਹਿਣੀ ਆ, ਇਹ ਬੇਬੇ ਵਾਲੇ ਹਿੱਸਾ ਵੀ ਆਪਾਂ ਨੂੰ ਦਿਨ ਨੂੰ ਫਿਰਦੇ ਨੇ। ਵੀਰੇ ਭਾਬੀ ਦਾ ਕੋਈ ਕਸੂਰ ਨਹੀਂ, ਭਾਬੀ ਚੀਜ਼ਾਂ ਨੂੰ ਪਿਆਰ ਕਰਦੀ ਆ ਅਤੇ ਅਸੀਂ ਰਿਸ਼ਤਿਆਂ ਨੂੰ। ਭਾਬੀ ਚੀਜ਼ਾਂ ਤਾਂ ਬਣਾਈਆਂ ਜਾ ਸਕਦੀਆਂ ਨੇ ਕਮਾ ਕੇ, ਪਰ ਰਿਸ਼ਤੇ ਨਹੀਂ ਕਮਾਏ ਜਾ ਸਕਦੇ, ਇਹਨਾਂ ਨੂੰ ਬਣਾ ਕੇ ਰੱਖਣਾ ਪੈਂਦਾ। ਲੈ ਤੇਰੇ ਪੇਕਿਆਂ ਦਿੱਤੀ ਗੱਡੀ ਦੀ ਚਾਬੀ, ਸਾਂਭ ਕੇ ਰੱਖ ਲੈ ਇਹਨੂੰ ਪੇਟੀ 'ਚ, ਮੈਂ ਹੀ ਜਵਾਬ ਦੇ ਦੇਣਾ ਸੀ, ਗਲਤੀ ਮੇਰੇ ਕੋਲ ਹੋ ਗਈ ਜਦੋਂ ਉਹਨੇ ਗੱਡੀ ਦਿੱਤੀ, ਕੀ ਕਰਨਾ ਸੀ ਗੱਡੀ ਦੇ ਸਮਾਨ ਦਾ ਜਿਹੜਾ ਹੱਸਦਾ ਵੱਧਦਾ ਪਰਿਵਾਰ ਤੋੜ ਕੇ ਰੱਖਤਾ, ਇਹੀ ਜਿਹੀ ਗੱਡੀ ਲਾਉਂਦਾ ਮੇਰਾ ਸਾਈਕਲ ਚੰਗਾ ਸੀ, ਜਿਹਨੇ ਸਾਡੇ ਕਦੇ ਫਰਕ ਨਹੀਂ ਪੈਣ ਦਿੱਤਾ ਸੀ ਭਾਈਆਂ 'ਚ। ਦੁੱਖ ਤਾਂ ਮੈਨੂੰ ਵੀ ਬਹੁਤ ਹੈ ਜੇ ਅੱਜ ਪਰਿਵਾਰ ਅੱਡ ਹੁੰਦਾ, ਪਰ ਮੈਂ ਮਜਬੂਰ ਸੀ, ਮੈਂ ਆਪਣੀ ਜਿੱਦ 'ਤੇ ਅੜੀ ਹੋਈ ਸੀ ਵੀ ਮਹਿਕ ਮੇਰਾ ਸਮਾਨ ਕਿਉਂ ਵਰਤਦੀ ਆ,
ਪਰ ਅੱਜ ਤੋਂ ਬਾਅਦ ਅਸੀਂ ਸਾਰਾ ਪਰਿਵਾਰ ਰਲ ਕੇ ਰਹਾਂਗੇ ਅਤੇ ਨਾਲੇ ਮਹਿਕ ਮਹਿਕ ਤਾਂ ਮੇਰੀ ਛੋਟੀ ਭੈਣ ਆ ਅੱਜ ਤੋਂ ਬਾਅਦ ਮਹਿਕ ਜਿਹੜਾ ਮਰਜ਼ੀ ਸਮਾਨ ਵਰਤੇ ਮੈਨੂੰ ਕੋਈ ਇਤਰਾਜ਼ ਨਹੀਂ ਚੱਲ ਸ਼ੁਕਰ ਹੈ ਧੀਏ ਤੈਨੂੰ ਟਾਈਮ ਨਾਲ ਸਮਝ ਆ ਗਈ ਨਹੀਂ ਇੱਕ ਵਾਰੀ ਘਰ ਟੁੱਟੇ ਦੁਬਾਰੇ ਨਹੀਂ ਜੁੜਦੇ ਜਿਉਂਦੀ ਰਹਿ ਧੀਏ ਤੂੰ ਘਰ ਨੂੰ ਘਰ ਹੀ ਸਮਝ ਆ ਮਹਿਕ ਆ ਲੈ ਚਾਬੀ ਅਤੇ ਤੂੰ ਮੇਰੀ ਛੋਟੀ ਭੈਣ ਆ ਅਤੇ ਤੁਹਾਡਾ ਜਦੋਂ ਜੀ ਕਰਦਾ ਗੱਡੀ ਲੈ ਕੇ ਘੁੰਮ ਆਇਆ ਕਰੋ ਮੈਂ ਆਪੇ ਕਰ ਲੂੰਗੀ ਸਾਰਾ ਕੰਮ ਰਵੀਵਾਰ ਜੀ ਹਾਂ ਰਵੀਵਾਰ ਸੋਮਵਾਰ ਮੰਗਲਵਾਰ ਹਰ ਵਾਰ ਮੈਂ ਹਮ ਕਿਸੀ ਨਾ ਕਿਸੀ ਭਗਵਾਨ ਕੋ ਮਾਨਤੇ ਹੈ ਮਗਰ ਇੱਕ ਵਾਰ ਐਸਾ ਵੀ ਹੈ ਅਗਰ ਉਸਕੋ ਹਮ ਮਾਨਨੇ ਲਗੇ ਤੋ ਖੁਸ਼ੀਓ ਕੀ ਬੋਛਾਰ ਆ ਜਾਏਗੀ ਔਰ ਉੱਪਰ ਵਾਲਾ ਵੀ ਹਮ ਪੇ ਮਿਹਰਬਾਨ ਹੋ ਜਾਏਗਾ ਉਸ ਵਾਰ ਕਾ ਨਾਮ ਹੈ ਪਰਿਵਾਰ ਘਰ ਸੇ ਬਾਹਰ ਦਿਮਾਗ ਲੇਕਰ ਜਾਏ ਕਿਉਂਕਿ ਦੁਨੀਆ ਇੱਕ ਬਸਾਰ ਹੈ ਲੇਕਿਨ ਘਰ ਕੇ ਅੰਦਰ ਸਿਰਫ ਦਿਲ ਲੇਕਰ ਜਾਏ ਕਿਉਂਕਿ ਵਹਾਂ ਇੱਕ ਪਰਿਵਾਰ ਹੈ ਬੜੱਪਨ ਵਹ ਗੁਣ ਹੈ ਜੋ ਪਤ ਸੇ ਨਹੀਂ ਸੰਸਕਾਰੋਂ ਸੇ ਪ੍ਰਾਪਤ ਹੋਤਾ ਹੈ ਪਰਾਇਓਂ ਕੋ ਅਪਣਾ ਬਣਾਉਣਾ ਉਤਨਾ ਮੁਸ਼ਕਿਲ ਨਹੀਂ ਜਿਤਨਾ ਆਪਣੋਂ ਕੋ ਅਪਣਾ ਬਣਾਏ ਰੱਖਣਾ ਮਿੱਟੀ ਕਾ ਮਟਕਾ ਔਰ ਪਰਿਵਾਰ ਕੀ ਕੀਮਤ ਸਿਰਫ ਬਣਾਉਣ ਵਾਲੇ ਕੋ ਪਤਾ ਹੋਤੀ ਹੈ ਤੋੜਨੇ ਵਾਲੇ ਕੋ ਨਹੀਂ ਤੋੜਨੇ ਵਾਲੇ ਕੋ